ਕਈਆਂ ਨੂੰ ਇਹ ਲੱਗਣਾ ਵੀ ਇਹ ਤੇ ਬੋਲ ਚੰਗਾ ਨਹੀਂ, ਕਿਉਂਕਿ ਜਿੰਨਾ ਚਿਰ ਸਮਝ ਨਹੀਂ ਆਵੇ ਉਹਨਾਂ ਚਿਰ ਕੋਈ ਗੱਲ ਚੰਗੀ ਨਹੀਂ ਲੱਗਦੀ। ਆਲਾ ਆਦਣਾ ਹੌਲਾ ਕਿਆ, ਰਾਮ ਰਹੀਮ ਤੇ ਮੌਲਾ ਕਿਆ, ਗੱਲ ਸਮਝ ਗਈ ਫਿਰ ਰੌਲਾ ਕਿਆ। ਇਹ ਕਿਹਨੂੰ ਕਿਹਾ? ਇਸ ਰੂਹ ਨੂੰ ਕਿਹਾ। ਕੀ ਕਿਹਾ? ਤੇ ਮਹਾਰਾਜ ਗੁਰਬਾਣੀ ਦੇ ਵਿੱਚ ਇਹ ਬਹੁਤ ਕੁਛ ਲਿਖਿਆ ਗਿਆ, ਕਿਹਾ ਜਾਂਦਾ ਹੈ ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਸਾਸ ਗਿਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਤਨ ਸੇ ਸਹੀ ਨਾਨਕਾ ਪੂਰਨ ਸੋਏ ਸੰਤ ਸਾਧਨੀ
ਕਹਿੰਦੇ ਨੇ ਭੀਖਮ ਸ਼ਾਹ, ਕੀ ਕਹਿੰਦੇ ਨੇ, ਭੀਖਾ ਪ੍ਰੇਮ ਬਿਨਾ, ਪ੍ਰੇਮ ਬਿਨਾ ਕੁਛ ਨਹੀਂ, ਪ੍ਰੇਮ ਬਿਨਾ ਨਹੀਂ ਗਿਆ, ਪ੍ਰੇਮ ਹੱਥੀ ਬਿਨਾ ਸਾਧ ਹੋ ਸਭ ਕੁਛ ਚੌਥਾ ਜਾਨ, ਪ੍ਰੇਮ ਨਗਰ ਦੀ ਸਿੱਖਦਾ ਸੀ ਚੁੱਲਾ ਚੰਗਾ ਜਿਸ ਪਰ ਤਾਂ ਪਕਾਈ ਦਾ